ਮਹੀਨਾ ਫੱਬੇ ਆ, ਇਸ ਘਰ ਦੇ ਅੰਦਰ ਲਾਲ ਜਵਾਹਰ ਹੀਰੇ ਮੋਤੀ ਫੱਬੇ ਆ, ਅੰਦਰ ਵੜ ਕੇ ਕੋਈ ਨਾ ਦੇਖੇ ਬਾਹਰੋਂ ਭਾਲਣ ਖੱਬੇ ਆ। ਸਾਈ ਲੋਕਾਂ ਯਾਰ ਪਛਾਤਾ ਜਾਂ ਪੱਲਾ ਸਤਗੁਰ ਦਾ ਫੜਿਆ ਤਾਂ ਸਭ ਕੁਛ ਹੀ ਫੱਬੇ ਆ। ਇਹਨਾਂ ਮੇਰੇ ਸੰਤਾਂ ਭਰਾਵਾਂ ਨੇ ਪੱਲਾ ਸਤਗੁਰ ਦਾ ਫੜਿਆ, ਉਹ ਮੁੜ ਕੇ ਪੁੱਛਣਾ ਇਹਨਾਂ ਨੂੰ ਕਿਉਂ? ਮੇਰਾ ਦਿਲ ਰੋਂਦਾ ਇਹਨਾਂ ਨੂੰ ਜੇ ਤੁਸੀਂ ਫੜਾ ਜਾ ਬੋਲੋ। ਚਲੋ ਮੈਂ ਹੁਣ ਫਿਰ ਹੋਰ ਗੱਲਾਂ ਕਿ ਜਿਹੜੀਆਂ ਰੁਕ ਜਾਣ ਮੈਂ ਕਰ ਲੈਣਾ। ਸੈਤੀ ਕਹਿੰਦੀ ਇੱਕ ਮਿੰਟ ਖੜ ਜਾ, ਸੈਤੀ ਕਹਿੰਦੀ ਉਹ ਲੰਘ ਜਾ, ਤੂੰ ਜਿਹੜਾ ਨਾ ਸਿਰ ਮੰਡਵਾ ਕੇ ਉਹ ਗੋਰਖ ਤੋਂ ਮੁੰਦਰਾ ਮੰਡਵਾ ਕੇ ਪਵਾ ਕੇ ਇਹ ਯੋਗੀ ਦਾ ਭੇਸ ਬਣਾਈ ਫਿਰਦਾ, ਉਹ ਕੌਣ ਆ ਤੂੰ? ਕਹਿੰਦਾ ਮੌਜੂਦਾ ਤਖ਼ਤ ਹਜ਼ਾਰੇ ਦਾ ਪੁੱਤ। ਕਹਿੰਦੀ ਅੱਛਾ, ਤਾਂ ਫਿਰ ਕਹਿੰਦਾ 22 ਬਰਬੇ ਜ਼ਮੀਨ ਦੇ 50 ਮੱਝਾਂ ਘੋੜੀਆਂ ਬੜਾ ਕੁਛ ਆ ਸਾਡੇ ਕੋਲ। ਉਹ ਕਹਿੰਦੀ ਗੱਲ ਸੁਣ, ਮੇਰਾ ਕਹਿੰਦਾ ਮਾਝਬ ਸਾਡਾ ਆ ਜਾਟਿਆ ਫਲਾਣੀ ਕੌਮ ਦੱਸੀ ਉਹਨੂੰ। ਕਹਿੰਦੀ ਜੋ ਜਾਤ ਮਾਝਬ ਤੇ ਕੌਮ ਦਾ ਮਾਣ ਕਰਦਾ, ਜਿਹੜਾ ਜਾਤ ਮਾਝਬ ਤੇ ਕੌਮ ਦਾ ਮਾਣ ਕਰਦਾ ਦੁਨੀਆਦਾਰ ਕਬੀਲੇ ਦਾ ਸੰਤ ਨਾ, ਇਹ ਦੁਨੀਆ ਸਾਰੀ ਨੂੰ ਛੱਡ ਗਿਆ, ਜਿਹੜੇ ਹਜੇ ਆਪਣੀ ਨਾ ਆਇਆ ਵਕੀਲ ਹੋਏ ਸਾਰੀ ਦੁਨੀਆ ਨੂੰ ਛੱਡ ਗਿਆ। ਮੇਰੇ ਕੋਲ ਹੈ ਤਾਂ ਬਹੁਤ ਕੁਛ ਬੋਲਣ ਲਈ, ਸੁਣੋ ਸਹੀ ਚੱਕ ਜੀਤ ਦਾ ਤੁਸੀਂ ਕਰਕੇ ਭਗਤ ਜੀਤ ਦੇ ਵਿੱਚ ਤੁਸੀਂ ਨਹੀਂ ਹੋਣੀ ਚਾਹੀਦੀ। ਪਿੱਛਾ ਖਾਣੀ ਮੰਗ ਕੇ ਜੋ ਤਿਆਗ ਸਾਹਿਬ ਦਾ ਸੰਘ ਸਾਰਿਆਂ ਦੇ ਸੰਘ ਤਿਆਗ ਕੇ ਪਿੱਛਾ ਉਹ ਮੰਗ ਕੇ ਖਾਣੀ ਚਾਹੀਦੀ ਹੈ। ਤਿਆਗ ਸਾਹਿਬ ਦਾ ਸੰਘ ਇੱਕੋ ਇੱਕ ਹੀ ਰਵੇ, ਉਹਨੂੰ ਕੱਲ ਤੋਂ ਸ਼੍ਰੀ ਅੱਲਾ ਨੂੰ ਰਾਮ ਰਹੀਮ ਯਾਦ ਕਰਨਾ ਚਾਹੀਦਾ। ਬਾਣੀ 'ਚ ਲਿਖਿਆ, ਗੁਰਬਾਣੀ 'ਚ ਮੈਨੂੰ ਯਾਦ ਆ ਗਿਆ ਕੀ ਲਿਖਿਆ, ਕਹਿੰਦੇ ਜੇ ਜੋ ਵਿਚਾਰੇ ਆਰ ਜਾ ਉਹ ਭਰਾਵੋ, ਜੇ ਚੌਂ ਦੁੱਖਾਂ ਦੀ ਵੀ ਆਰ ਜਾ ਹੋ ਜਾਏ, ਕਹਿੰਦੇ ਜੋ ਆਪਾਂ ਸੱਤ ਨੂੰ ਪ੍ਰੇਕ ਕਰਦੇ ਆ ਫਿਰ ਜੇ ਜੋ ਵਿਚਾਰੇ ਆ ਜਾ ਹੋਰ ਸੂਣੀ ਹੋਈ, ਤੂੰ ਵੀ ਤਾਂ ਸੂਣੀ ਹੋ ਜਾਏ ਫਿਰ ਕੀ ਹੋਊਗਾ, ਹੋਰ ਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾ ਚੱਲੇ ਸਭ ਕੋਈ ਨਵਾਂ ਖੰਡਾ ਪ੍ਰਿਥਵੀ ਦੇ ਵਿੱਚ ਵੇਚਦੇ, ਤੈਨੂੰ ਦੁਨੀਆਂ ਜਾਣਦੀ ਹੋਵੇ, ਜੋ ਦੇਵ ਕੇ ਵੀ ਜਾਣਦੇ ਹੋਣ, ਤੈਨੂੰ ਗਦਾ ਰਾਮ ਜੀ ਆਪਾਂ ਇੱਥੇ ਵੀ ਨਹੀਂ ਕੋਈ ਜਾਣਦਾ, ਮਾਫ ਕਰਨਾ। ਚੰਗਾ ਨਾਮ ਲਿਖਾਏ ਕੇ ਦਸ ਕੀਰਤੀ ਵਾਲੇ ਜਗ ਲੈ, ਪਰ ਜੇ ਤੁਸੀਂ ਲੱਗਣ ਦਾ ਭਾਵ ਇੱਕ ਬਾਤ ਨਾ ਪੁੱਛੇਗੇ, ਜੇ ਕਰ ਸ਼ੁਕਰੀਆ ਜੀ, ਧੰਨਵਾਦ। ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਇਹਨਾਂ ਦੇ ਲਈ ਮਾਸਟਰ ਜੀ, ਅੱਜ ਦੇ ਲਈ ਬਲਕਿ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਜਿਹੜਾ ਮਈਆ ਭਗਵਾਨ ਜੀ ਦੇ ਨਾਲ ਲਗਾਓ ਆ ਉਹਨਾਂ ਦੇ ਨਾਲ, ਔਰ ਉਹਨਾਂ ਦਾ ਦਰਬਾਰ ਜਿਹੜਾ ਮਈਆ ਭਗਵਾਨ ਜੀ ਦਾ ਬਣਾ ਰਹੇ ਆ, ਬਾਬਾ ਚਿੰਤਾ ਜੀ ਦਾ, ਬਾਬਾ ਜਵਾਲਾ ਦਾਸ ਜੀ ਦਾ ਦਰਬਾਰ ਆਪਣੇ ਗ੍ਰਹਿ ਵਿਖੇ ਪੰਡੋਰੀ ਵਿਖੇ ਉੱਥੇ ਬਣਾ ਰਹੇ ਆ ਸਾਈ ਕਾਲੇ ਸ਼ਾਹ ਜੀ ਸ਼ਿਕੰਡੀ, ਸੋ ਉਹ ਦਰਬਾਰ ਦੀ ਜਿਹੜੀ ਉਸਾਰੀ ਕਰ ਰਹੇ ਆ। ਸੋ ਇਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਆ, ਔਰ ਤੁਹਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਇਮਾਨਯੋਗ ਨਕੋਦਰ ਸ਼ਹਿਰ ਤੋਂ ਅਲਮਸਤ ਬਾਬੂ ਲਾਲ ਬਾਦਸ਼ਾਹ ਜੀ ਸੂਰਾਪੁਰੇ ਦਰਬਾਰ ਤੋਂ, ਸੋ ਬਹੁਤ ਹੀ ਸਤਿਕਾਰਯੋਗ ਬਾਬਾ ਸ਼ਾਨ ਜੀ ਸ਼ਾਨ ਸ਼ਾਹ ਜੀ ਦਰਬਾਰ ਦੇ ਵਿੱਚ ਉਹਨਾਂ ਦੀ ਆਮਦ ਹੋਈ ਹੈ ਜੀ, ਆਇਆਂ ਨੂੰ ਕਿੰਨੇ ਕਦਮ ਚੱਲ ਕੇ ਆਏ ਉਹਨਾਂ ਦੇ ਨਾਲ ਵੀ ਸੰਗਤ ਆਈ ਆ, ਔਰ ਸਾਰਿਆਂ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ, ਔਰ ਬਹੁਤ ਹੀ ਅੱਛੇ ਕਮਾਲ 30 ਮਿੰਟ ਵਾਸਤੇ, ਇਹਨਾਂ ਤੋਂ ਬਾਅਦ ਜਨਾਬ ਸ਼ੌਕਤ ਅਲੀ ਜੀ, ਉਹਨਾਂ ਤੋਂ ਬਾਅਦ ਜਨਾਬ ਵਨੀਤ ਜੀ, ਉਹਨਾਂ ਤੋਂ ਬਾਅਦ ਸਲੀਮ ਜੀ, ਉਹਨਾਂ ਤੋਂ ਬਾਅਦ ਫਿਰ ਅਗਲੇ ਕਮਾਲ ਅਨਾਊਂਸ ਕੀਤੇ ਜਾਣਗੇ। ਥੈਂਕ ਯੂ। ਲਓ ਬਾਬਾ ਜੀ, ਹੈਲੋ, ਹਾਂ ਜੀ, ਪਰ ਪਿਆਰੀ ਸਤ ਸੰਗਤ ਜੀ, ਉਹ ਜਿੰਨੇ ਵੀ ਵਾਲਾ ਕੰਟ ਦੋ ਬੰਦੇ ਸਿੱਖ ਸਿਰ ਬੈਠੇ ਨੇ, ਬੜੇ ਪਿਆਰ ਦੇ ਨਾਲ ਧਿਆਨ ਦੇਣਾ ਹੈ ਕਿ ਕਵਾਲੀ ਕੌਣ ਕਰ ਰਿਹਾ ਹੈ, ਇਹ ਆਪਣੇ ਦਰਬਾਰ ਦੇ ਕੀ ਕੁਛ ਹੈ, ਕੀ ਕੁਛ ਆਵਾਜ਼ ਇਹਨਾਂ ਦੀ ਕਹਿੰਦੀ ਹੈ, ਬੜੇ ਪਿਆਰ ਨਾਲ ਸਮਝਣਾ, ਸਮਝ ਕੇ ਗਾਹਾਂ ਤਾਂ ਵਧਣਾ, ਅਤੇ ਤੈਨੂੰ ਪ੍ਰੇਮ ਜੀ ਕਸਮ ਲੱਗੇ ਤੇਰੇ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੇ ਬਾਹਰ ਤੱਕ ਗਰਮੀ ਚਮਕਣੀ ਚਾਹੀਦੀ। ਵਾਹ ਜੀ ਵਾਹ, ਭਈਆ ਭਗਵਾਨ ਸਰਕਾਰ, ਬਾਬਾ ਜਗਮੇਸ਼ਾ ਸਰਕਾਰ, ਜੋ ਕਿ ਉਹਨਾਂ ਦਾ ਸਾਲਾਨਾ ਜੋੜ ਮੇਲਾ ਹੈ, ਔਰ ਸਾਡੇ ਵਿੱਚ ਗੁਸਤਾਖੀ ਮਾਂ ਸੰਦੀਪ ਪਟਿਆਰਾ ਜੀ ਉਹ ਵੀ ਪਹੁੰਚੇ ਨੇ, ਜਿਹਨਾਂ ਦੇ ਸਾਰੇ ਅੱਜ ਦੀ ਮੇਲੇ ਦੀ ਖਬਰ ਕੱਲ੍ਹ ਆਉਣ ਵਾਲੀ ਅਖਬਾਰ ਦੇ ਵਿੱਚ ਦੇਣਗੇ, ਮਿਹਰਬਾਨੀ। ਇਜਾਜ਼ਤ ਹੈ ਬਾਬਾ ਜੀ,
बाबा जी जिनकी महफिल हो महफिल में जरूर आते हैं, जिनकी महफिल हो महफिल में जरूर आते हैं, देखे वो ही जिसकी नजर कामयाब है। कोई आंख वाला देख सकता है तेरे जोबर का तमाशा, गंगा करने की भी हमारी पकड़ी है ये। हाँ लेकिन जो मुर्शदी करम नवाजी और जर्रा नवाजी इन हर बंदा नहीं समझ सकता, तेरी अजमतों को मुर्शद कोई क्या समझ सकेगा, तू खुदा के रूबरू है, खुदा तेरे रूबरू है। जिनकी महफिल हो महफिल में जरूर आते हैं, महबूब की महफिल को महबूब सजाते हैं, महबूब की महफिल को महबूब सजाते हैं, दरबार वही आता है जिसे मैया सरकार आप बुलाते हैं, इरादे रोज बनते हैं और बनकर टूट जाते हैं, इरादे रोज बनते हैं और बनकर टूट जाते हैं, फिलौर वही आते हैं जिसे मैया सरकार आप बुलाते हैं। पंजाबी का शेर आसकर लगा हजूर जरा गौर फरमायो, खुद ही तकबर वो तेरी चीज है, खुद ही तकबर वो तेरी चीज है, रही आजी वो मेरी चीज है, क्योंकि बड़े होंदे बड़े पुआड़े, बड़ा बन के कुल्ली, बड़ा जानवर पाले मरदा ना छप्पर ना कुल्ली, ये सरकार दा दरबार है, इत्थे सब लप के आना पैंदा है, ये मुर्शिद दी महफिल जरा गौर फरमायो, सरकार की महफिल का मैया भगवान की महफिल का बाबा जुमे शाह की महफिल का है रंग जुदा जाना, सरकार की महफिल का है रंग जुदा जाना, जिसने भी तुम्हें देखा यारो देखा तेरा दीवाना, आज शादी है 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 मुर्शिद पिया की, आज शादी है मुर्शिद पिया की, आज शादी है बाबा जुम्मे शाह की, आज शादी है बाबा जुम्मे शाह की, औलिया सब गुनाहे हुए, शादी है बाबा जुम्मे शाह की, औलिया सब गुनाहे हुए, शादी है बाबा जुम्मे शाह की, औलिया सब गुनाहे हुए, आज शादी है बाबा जुम्मे शाह की, औलिया सब गुनाहे हुए, आज शादी है बाबा जुम्मे शाह की, औलिया सब गुनाहे हुए, आज शादी है बाबा जुम्मे शाह की, औलिया सब गुनाहे हुए, आज शादी है बाबा जुम्मे शाह की, औलिया सब गुनाहे हुए, आज शादी है बाबा जुम्मे शाह की, शादी है बाबा जुम्मे शाह की, औलिया सब गुनाहे हुए, औलिया सब गुनाहे हुए। बाबा जी सरकार की शादी में कौन कौन बड़ी बुजुर्ग पहुंचे हैं, आज शादी है बाबा जुम्मे शाह की, औलिया सब गुनाहे हुए, ऐसी मैया की महफिल सभी है, ऐसी मेहमान की महफिल सभी है, कमली वाले भी आए हुए हैं, ऐसी मैया की महफिल सभी है, कमली वाले भी आए हुए हैं, मैया की महफिल सभी है, कमली वाले भी आए हुए हैं, ऐसी जुम्मे शाह की महफिल सभी है, कमली वाले भी आए हुए हैं, ऐसी जुम्मे शाह की महफिल सभी है, कमली वाले जुम्मे शाह की महफिल सजी है, कमली वाले भी आए हुए, आज शादी है बाबा जुम्मे शाह की, शादी है बाबा जुम्मे शाह की, औलिया सब बुलाए हुए हैं, औलिया सब बुलाए हुए हैं, सब बुलाए हुए हैं, ऐसी मुर्शिद की महफिल सजी है, ऐसी मुर्शिद की महफिल सजी है, आज मैया भगवान आए हुए हैं, आज
ਸਕੀ ਆਜ ਬਾਬਾ ਸੂਰਾ ਪੂਰਾ ਆਏ ਹੁਏ ਹੈ ਜੀ ਸਕੀ ਬਾਪ ਲਾਲ ਬਾਸ਼ਾ ਵੀ ਆਏ ਹੁਏ ਕਿਉਂਕਿ ਮੇਰੇ ਪੀਰ ਵਰਗਾ ਸੋਹਣਾ ਮੈਨੂੰ ਦੁਨੀਆਂ ਤੇ ਨਜ਼ਰ ਨਹੀਂ ਆਇਆ ਕਿਉਂ ਮੇਰੀ ਮਈਆ ਜਹੀ ਸਰਕਾਰ ਮੇਰੀ ਮਈਆ ਜਹੀ ਸਰਕਾਰ ਨਹੀਂ ਮਈਆ ਜਹੀ ਸਰਕਾਰ ਨਹੀਂ ਨਾ ਕੋ ਦਿਸਦਾ ਕਰੀ ਪਤਾ ਯਾਰ ਨਹੀਂ ਸਰਕਾਰ ਬੜੇ ਜੋਸ਼ੋ ਖਰੋਤ ਨਾਲ ਸੁਣਦੇ ਨੇ ਐਸੀ ਗੱਲ ਨੀ ਬੜੇ ਪੁਰਾਣੇ ਬਜ਼ੁਰਗ ਨੇ ਮੈਨੂੰ ਪੁਰਾਣਾ ਸ਼ੇਰ ਯਾਦ ਆਇਆ ਹਜ਼ੂਰ ਜੀ ਅਗੋ ਸੁਣਵਾਇਓ ਹਾਂ ਮਈਆ ਕੀ ਮਹਿਫਿਲ ਸਜੀ ਹੈ ਇਹ ਸਰਕਾਰ ਦੀ ਮਹਿਫਿਲ ਚ ਸਰਕਾਰ ਦੇ ਦੀਵਾਨੇ ਬੈਠੇ ਨੇ ਜਰਾ ਗੋ ਸੁਣਵਾਇਓ ਹਾਂ ਇਹ ਮਈਆ ਦੇ ਮਲੰਗਾਂ ਨਾਲ ਅਡਾ ਨਹੀਂ ਉਡਾਈਦਾ ਮਈਆ ਦੇ ਮਲੰਗਾਂ ਨਾਲ ਆਟਾ ਭਲਾ ਕਿਉਂ ਨੀ ਲਾਈਦਾ ਕਿਉਂਕਿ ਆਟਾ ਕਿਉਂ ਨੀ ਲਾਈਦਾ ਬਾਵਾ ਮਈਆ ਦੇ ਮਲੰਗਾਂ ਨਾਲ ਆਟਾ ਨਹੀਂ ਲਾਈਦਾ ਕਿਉਂਕਿ ਫੇਰ ਫੱਕਰ ਦੇ ਹਾਲ ਨੂੰ ਛੇੜੀਏ ਨਾ ਫਕੀਰ ਨੂੰ ਐਵੇਂ ਨਾ ਸਮਝੀਏ ਫੇਰ ਫੱਕਰ ਦੇ ਹਾਲ ਨੂੰ ਛੇੜੀਏ ਨਾ ਭਾਵੇਂ ਹਾਲੋ ਬੇਹਾਲ ਹੋਵੇ ਨਾ ਛੇੜੀਏ ਫਕੀਰ ਦੀ ਗੋਦੜੀ ਨੂੰ ਸ਼ਾਇਦ ਗੋਦੜੀ ਦੇ ਵਿੱਚ ਲਾਲ ਹੋਵੇ ਮਈਆ ਦੇ ਮਲੰਗਾਂ ਨਾਲ ਸਾਡੇ ਹੱਥ ਕਸਾ ਪੰਜ ਤਨ ਦੀ ਗਦਾਈ ਦਾ ਕਮਲੀ ਵਾਲੇ ਵੀ ਆਏ ਹੋਏ
حضر جناب واس پاک پیر دے پیر دستگیر میرا محی الدین شیخ عبد القادر جیلانی محبوب سبحانی کتب ربانی ہو بے تیرا مرید تے پھرے ہوندا مرید تے پھرے ہوندا تیرا ہو کے روے کیوں کیوں روے ہو بے تیرا مرید تے پھرے ہوندا ہو بے تیرا مرید تے پھرے ہوندا عبد القادر ہے تیرا مرید لندن تو منگوائی ہوئی ہے یہ بھگوان نے آپ تیار کر کے
ਦੌਲਤ ਦੀ ਲੋੜ ਨਹੀਂ, ਦੌਲਤ ਦੀ ਲੋੜ ਨਹੀਂ, ਇੱਥੇ ਖੇਲ ਹੈ ਯਾਰ ਮੁਕਦਰਾਂ ਦੀ, ਖੇਲ ਹੈ ਯਾਰ ਮੁਕਦਰਾਂ ਦੀ। ਗੱਲ ਤਾਂ ਹਜ਼ੂਰ ਮੁਕੱਦਰ ਦੀ ਮੁੱਕਣੀ ਆ ਗਈ, ਇੱਥੇ ਧਨ ਦੌਲਤ ਦੀ ਲੋੜ ਨਹੀਂ, ਇੱਥੇ ਖੇਲ ਹੈ ਯਾਰ ਮੁਕਦਰਾਂ ਦੀ, ਮੁਕਦਰਾਂ ਦੀ ਫਕੀਰੀ ਵੀ ਨਹੀਂ ਮਿਲਦੀ, ਬਿਨਾਂ ਮੁਕਦਰ ਤੋਂ ਫਕੀਰੀ ਵੀ ਨਹੀਂ ਮਿਲਦੀ, ਇੱਥੇ ਧਨ ਦੌਲਤ ਦੀ ਲੋੜ ਨਹੀਂ, ਇੱਥੇ ਖੇਲ ਹੈ ਯਾਰ ਮੁਕਦਰਾਂ ਦੀ। ਕਈ ਧਨ ਵਾਲੇ ਰਹਿ ਜਾਂਦੇ ਨੇ, ਮੇਰੀ ਮਈਆ ਜੀ ਨੇ ਮੁਝਕੋ ਉਤਨੀ ਮੇਰੀ ਔਕਾਤ ਨਹੀਂ, ਜੇ ਤੋ ਕਰਮ ਹੈ ਆਪਕਾ ਵਰਨਾ ਮੁਝ ਮੇ ਤੋ ਕੋਈ ਬਾਤ ਨਹੀਂ। ਇਹ ਇਸ ਕਰਮ ਕਾ ਕਰੂੰ ਸ਼ੁਕਰ ਕੈਸੇ ਅਦਾ, ਕਰਮ ਮੁਝ ਪੇ ਮੇਰੇ ਨਬੀ ਕਰ ਦਿਆ, ਮੇਰੇ ਨਬੀ ਕਰ ਦਿਆ। ਸਰਕਾਰ ਨੇ ਬਾਬਾ ਜੀ ਜਿਤਨਾ ਦਿਆ ਸਰਕਾਰ ਨੇ ਮੁਝਕੋ ਉਤਨੀ ਮੇਰੀ ਔਕਾਤ ਨਹੀਂ, ਜਿਤਨਾ ਦਿਆ ਮੇਰੀ ਮਈਆ ਜੀ ਨੇ ਮੁਝਕੋ ਉਤਨੀ ਮੇਰੀ ਔਕਾਤ ਨਹੀਂ, ਜੇ ਤੋ ਕਰਮ ਹੈ ਆਪਕਾ ਵਰਨਾ ਮੁਝ ਮੇ ਤੋ ਕੋਈ ਬਾਤ ਨਹੀਂ। ਇਹ ਇਸ ਕਰਮ ਕਾ ਕਰੂੰ ਸ਼ੁਕਰ ਕੈਸੇ ਅਦਾ, ਕਰੂੰ ਸ਼ੁਕਰ ਕੈਸੇ ਅਦਾ, ਜੋ ਕਰਮ ਮੁਝ ਪੇ ਮੇਰੇ ਨਬੀ ਕਰ ਦਿਆ, ਮੇਰੇ ਨਬੀ ਕਰ ਦਿਆ। ਮੇਰੀ ਮਈਆ ਦਾ ਕਰਮ ਮੇਰੇ ਨਾਲ, ਮਈਆ ਦਾ ਕਰਮ ਮੇਰੇ ਨਾਲ, ਮੇਰੀ ਮਈਆ ਦਾ ਕਰਮ ਮੇਰੇ। ਇੱਥੇ ਧਨ ਦੌਲਤ ਦੀ ਲੋੜ ਨਹੀਂ, ਇੱਥੇ ਧਨ ਦੌਲਤ ਦੀ ਲੋੜ ਨਹੀਂ, ਇੱਥੇ ਖੇਲ ਹੈ ਯਾਰ ਮੁਕਦਰਾਂ ਦੀ, ਖੇਲ ਹੈ ਯਾਰ ਮੁਕਦਰਾਂ ਦੀ। ਗੱਲ ਤਾਂ ਹਜ਼ੂਰ ਮੁਕਦਰ ਦੀ ਮੁੱਕਣੀ ਆ ਗਈ, ਇੱਥੇ ਧਨ ਦੌਲਤ ਦੀ ਲੋੜ ਨਹੀਂ, ਇੱਥੇ ਖੇਲ ਹੈ ਯਾਰ ਮੁਕਦਰਾਂ ਦੀ, ਮੁਕਦਰਾਂ ਦੀ ਫਕੀਰੀ ਵੀ ਨਹੀਂ ਮਿਲਦੀ, ਬਿਨਾਂ ਮੁਕਦਰ ਤੋਂ ਫਕੀਰੀ ਵੀ ਨਹੀਂ ਮਿਲਦੀ, ਇੱਥੇ ਧਨ